ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਭੁੱਲ ਕੇ ਵਿਆਹਾਂ ਦੇ ਵਿੱਚ ਨੱਚਣ ਡਾਂਸ ਕਰਨ ਵਾਲਿਓ, ਇਸ ਵੀਡੀਓ ਨੂੰ ਅੱਜ ਬੜੇ ਧਿਆਨ ਦੇ ਨਾਲ ਸੁਣੋ। ਇਹ ਮੈਂ ਨਹੀਂ ਕਹਿੰਦਾ, ਇਹ ਗਿਆਨੀ ਜਸਵੀਰ ਸਿੰਘ ਜੀ ਕਹਿੰਦੇ ਆ। ਅੱਜ ਆਪਾਂ ਦੇਖਦੇ ਹਾਂ ਕਿ ਸਾਨੂੰ ਕੀ ਕਹਿੰਦੇ ਆ, ਸਾਡੀ ਜ਼ਿੰਦਗੀ ਨੂੰ ਚੇਂਜ ਕਿਸ ਤਰ੍ਹਾਂ ਕਰਦੇ ਆ। ਪਹਿਲੇ ਆਪਾਂ ਵੀਡੀਓ ਦੇਖਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਰਿਐਕਟ ਕਰਦੇ ਹਾਂ। ਵਟਸਐਪ ਆਉਂਦੇ ਆ, ਇੰਸਟਾਗ੍ਰਾਮ ਆਉਂਦੇ ਆ, ਫੇਸਬੁੱਕ ਆਉਂਦੇ ਆ। ਫੇਸਬੁੱਕ 'ਤੇ ਮੇਰੇ ਪੇਜ ਨੂੰ ਲਾਈਕ ਕਰੋ, ਵਟਸਐਪ 'ਤੇ ਮੈਨੂੰ ਮਜ਼ੀਦ ਇੱਦਾਂ ਦੀਆਂ ਵੀਡੀਓ ਸੈਂਡ ਕਰੋ। ਸੋ ਆਹ ਵੀਡੀਓ ਸਟਾਰਟ ਕਰੀਏ। ਗੋ। ਜੋ ਸਾਡੇ ਸਭਨਾਂ ਦੇ ਬਹੁਤ ਧਿਆਨ ਦੇਣ ਯੋਗ ਹੈ, ਖਾਸ ਤੌਰ 'ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਤੇ ਸਿੱਖ ਪਰਿਵਾਰਾਂ ਸੰਬੰਧੀ। ਅਗਲਾ ਮਹੀਨਾ ਦਸੰਬਰ ਦਾ ਮਹੀਨਾ, ਜਿਸ ਵਿੱਚ ਦੇਸੀ ਮਹੀਨਾ ਪੋਹ ਦਾ ਮਹੀਨਾ ਸ਼ੁਰੂ ਹੋਣਾ, ਅਤੇ ਪੋਹ ਦੇ ਮਹੀਨੇ ਬਾਬਤ ਤਕਰੀਬਨ ਆਪਾਂ ਸਭ ਜਾਣਦੇ ਹਾਂ ਉਦੋਂ ਸਾਡੇ ਸਿੱਖ ਜਗਤ ਵਿੱਚ ਕਿਹੜੀਆਂ ਇਤਿਹਾਸਕ ਘਟਨਾਵਾਂ ਵਾਪਰੀਆਂ ਨੇ। ਪੋਹ ਦਾ ਮਹੀਨਾ ਉਹ ਮਹੀਨਾ ਹੈ ਜਦੋਂ ਦਸ਼ਮੇਸ਼ ਪਿਤਾ ਨੇ ਆਪਣੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਕੇਵਲ 5 ਦਿਨਾਂ ਵਿੱਚ ਕੁਰਬਾਨ ਕੀਤੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਸਰਬੰਸ ਵਾਰਿਆ। ਅਤੇ ਇਹ ਦਿਨਾਂ ਦੇ ਅੰਦਰ ਪਿਆਰਿਓ ਸਮੁੱਚਾ ਸਿੱਖ ਜਗਤ ਹਰ ਗੁਰੂ ਨਾਨਕ ਨੂੰ ਸ਼ਬਦ ਨੂੰ ਸਿੱਖੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ, ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਇਹਨਾਂ ਦਿਨਾਂ ਵਿੱਚ ਬੜੀ ਸ਼ਰਧਾ ਭਾਵਨਾ ਤਹਿਤ ਹੰਝੂਆਂ ਦੀ ਭੇਟਾ ਲੈ ਕੇ ਗੁਰੂ ਦੇ ਦਰ 'ਤੇ ਜਾਂਦਾ ਹੈ, ਆਪਣਾ ਸਤਿਕਾਰ ਅਕੀਦਤ ਭੇਟ ਕਰਦਾ। ਬਹੁਤ ਸਾਰੀਆਂ ਰੂਹਾਂ ਵੈਰਾਗ ਵਿੱਚ ਭਿੱਜ ਕੇ ਅਰਜ਼ੋਈ ਕਰਦੀਆਂ ਨੇ, ਸਤਿਗੁਰੂ ਕਿਤੇ ਸਮਾਂ ਬਣੇ ਤੇਰੇ ਲਾਲਾਂ ਵਾਂਗ ਮੈਂ ਵੀ ਆਪਣਾ ਆਪ ਕੌਮ ਤੋਂ ਕੁਰਬਾਨ ਕਰ ਸਕਾਂ, ਮੈਂ ਧਰਮ ਲਈ ਆਪਣੇ ਪ੍ਰਾਣ ਨਿਸ਼ਾਵਰ ਕਰਾਂ, ਮੇਰਾ ਸੇਵਾ ਮੇਰੀ ਜ਼ਿੰਦਗੀ ਕਿਤੇ ਤੇਰੇ ਲੇਖੇ ਲੱਗ ਜਾਏ। ਅਸੀਂ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਗੁਰੂ ਕੇ ਦਰ 'ਤੇ ਜਾਂਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਗੁਰੂ ਪਿਆਰ ਵਾਲਿਓ ਉਸ ਅਸਥਾਨ 'ਤੇ ਖਾਸ ਤੌਰ 'ਤੇ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਜਿੱਥੇ ਸਾਲਾਨਾ ਜੋੜ ਮੇਲ ਭਰਦਾ 25 ਤੋਂ 30 ਲੱਖ ਤੱਕ ਦਾ ਇਕੱਠ ਹੁੰਦਾ, ਦੇਸ਼ਾਂ ਅਤੇ ਵਿਦੇਸ਼ਾਂ ਤੋਂ ਸਮੁੱਚੇ ਹਿੰਦੁਸਤਾਨ ਅਤੇ ਬਾਹਰ ਦੀਆਂ ਵਿਦੇਸ਼ਾਂ ਦੀਆਂ ਸੰਗਤਾਂ ਭਾਵਪੂਰਤ ਸ਼ਰਧਾ ਭਾਵਨਾ ਨਾਲ ਆਉਂਦੀਆਂ ਨੇ। ਸਿੱਖ ਹੀ ਨਹੀਂ, ਬਹੁਤ ਸਾਰੇ ਗੈਰ ਸਿੱਖ ਪਰਿਵਾਰ ਵੀ ਇਹਨਾਂ ਦਿਨਾਂ ਵਿੱਚ ਸਿੱਖ ਜਗਤ ਵੱਲ ਨੀਂਹ ਜਲਾ ਕੇ ਵੇਖਦੇ ਨੇ ਕਿ ਇਹ ਲੋਕ ਆਪਣੇ ਇਤਿਹਾਸਕ ਦਿਨਾਂ ਨੂੰ, ਖਾਸ ਤੌਰ 'ਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੇ ਦਿਨਾਂ ਨੂੰ ਕਿਵੇਂ ਮਨਾਉਂਦੇ ਨੇ, ਉਹਨਾਂ ਦੀ ਸ਼ਹਾਦਤ ਨੂੰ ਕਿਵੇਂ ਯਾਦ ਕਰਦੇ ਨੇ, ਕਿਵੇਂ ਸਜਦਾ ਕਰਦੇ ਨੇ, ਕਿਵੇਂ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦੇ ਨੇ, ਕਿਵੇਂ ਇਹਨਾਂ ਦੇ ਦਿਨ, ਇਹਨਾਂ ਦੇ ਦਿਲ, ਸਾਡੇ ਮਨ, ਸਾਡੀਆਂ ਆਤਮਾਵਾਂ ਵੀ ਸਾਹਿਬਜ਼ਾਦਿਆਂ ਦੇ ਪਿਆਰ ਵਿੱਚ ਅੱਖਾਂ ਵਿੱਚੋਂ ਆਪਣੇ ਨੀਰ ਵਹਾਉਂਦੀਆਂ ਨੇ। ਹੁਣ ਇੱਥੇ ਦੂਜੀ ਬੇਨਤੀ ਧਿਆਨ ਦਿਓ, ਹੁਣ ਸਮਾਂ ਬਦਲਿਆ, ਹੁਣ ਸਾਡੇ ਸਿੱਖਾਂ ਦੇ ਮਨਾਂ ਵਿੱਚ ਪਹਿਲਾਂ ਵਰਗਾ ਪਿਆਰ ਅਤੇ ਭਾਵਨਾ ਨਹੀਂ ਰਹਿ ਗਈ। ਸੱਚੀ ਬਾਤ ਕਿਸੇ ਨੇ ਆਖੀ ਸੀ ਵੀ ਇੱਕ ਸਮਾਂ ਸੀ ਗੁਰਦੁਆਰੇ ਕੱਚੇ ਸਨ ਪਰ ਸਿੱਖ ਬੜੇ ਪੱਕੇ ਸਨ, ਪਰ ਅੱਜ ਹਾਲਾਤ ਬਦਲ ਗਏ, ਅੱਜ ਗੁਰਦੁਆਰੇ ਪੱਕੇ ਹੋ ਗਏ, ਸੰਗਮਰਮਰ ਲੱਗ ਗਿਆ, ਪੱਥਰ ਬੜਾ ਮਹਿੰਗਾ ਮਹਿੰਗਾ ਲਾਇਆ, ਆਲੀ ਸ਼ਾਨ ਬਿਲਡਿੰਗਾਂ ਬਣਾਈਆਂ, ਪਰ ਕਮਾਲ ਦੀ ਗੱਲ ਗੁਰਦੁਆਰੇ ਪੱਕੇ ਅਤੇ ਸਿੱਖ ਕੱਚੇ ਹੋ ਗਏ। ਸਾਰੇ ਨਹੀਂ ਪਰ ਬਹੁਤ ਥਾਵਾਂ 'ਤੇ ਕੀ ਵੇਖਣ ਨੂੰ ਮਿਲਦਾ। ਹੁਣ ਇਹ ਬੇਨਤੀ ਮੈਂ ਕਿਉਂ ਕਰਨ ਲੱਗਾ, ਸਿੱਖ ਕੱਚੇ ਹੋਣ ਦਾ ਭਾਵ ਕੀ ਹੈ? ਜਿਨ੍ਹਾਂ ਦਿਨਾਂ ਵਿੱਚ ਸ਼ਰਧਾ ਅਤੇ ਭਾਵਨਾ ਵਿੱਚ ਗੁਰੂ ਦੇ ਪਿਆਰ ਵਿੱਚ ਅੱਥਰੂ ਵਹਾਉਣ ਵਾਲੀਆਂ ਰੂਹਾਂ ਸਾਹਿਬਜ਼ਾਦਿਆਂ ਦੇ ਡੁੱਲੇ ਖੂਨ ਨੂੰ ਪਿਆਰ ਕਰਦੀਆਂ ਨੇ, ਉਹਨਾਂ ਦਿਨਾਂ ਵਿੱਚ ਹੀ ਕੱਚੇ ਸਿੱਖ ਕੀ ਕਰਦੇ ਨੇ? ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਨੇ ਅਤੇ ਵਿਆਹ ਦੇ ਦਿਨਾਂ ਵਿੱਚ ਢੋਲ ਧਮੱਕੇ ਗਾਣੇ ਡੀਜੇ ਨਾਚ ਵੀ ਕਰਦੇ ਨੇ। ਇਹ ਤਾਂ ਤਕਰੀਬਨ ਆਪਾਂ ਬਹੁਤ ਜਾਣਿਆਂ ਨੇ ਵੇਖਿਆ ਹੋਣਾ ਨਾ, ਖਾਸ ਤੌਰ 'ਤੇ ਉਹਨਾਂ ਦਿਨਾਂ ਵਿੱਚ। ਪੋਹ ਦੇ ਬਾਕੀ ਦਿਨ ਛੱਡ ਦਿਓ, 6 ਪੋਹ ਤੋਂ ਲੈ ਕੇ 13 ਪੋਹ ਤੱਕ ਦਾਸ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਮੈਰਿਜ ਪੈਲਸਾਂ ਦੇ ਵਿੱਚ ਵਿਆਹ ਵੀ ਹੁੰਦੇ ਨੇ, ਉੱਥੇ ਸ਼ਰਾਬ ਵੀ ਵਰਤਦੀ ਹੈ, ਉੱਥੇ ਨਸ਼ਾ ਵੀ ਵਰਤਦਾ, ਉਹਨਾਂ ਦਿਨਾਂ ਵਿੱਚ ਗਾਣੇ ਵੀ ਹੁੰਦੇ ਨੇ, ਨਾਚ ਵੀ ਹੁੰਦਾ, ਭੰਗੜੇ ਵੀ ਪੈਂਦੇ ਨੇ, ਕੂਕਾਂ ਵੀ ਵੱਜਦੀਆਂ ਨੇ, ਜਸ਼ਨ ਮਨਾਏ ਜਾਂਦੇ ਨੇ, ਹਾਸੇ ਠੱਠੇ ਕੀਤੇ ਜਾਂਦੇ ਨੇ। ਕੀ ਇਹ ਸਾਡੇ ਕੱਚੇ ਹੋਣ ਦੀ ਨਿਸ਼ਾਨੀ ਨਹੀਂ ਹੈ? ਕਿਹੜੇ ਮੂੰਹ ਨਾਲ ਕਹੇ ਸੀ ਗੁਰੂ ਨਾਨਕ ਦੇ ਸਿੱਖ ਹਾਂ? ਉਹ ਅਸੀਂ ਇੰਨੀ ਛੇਤੀ ਆਪਣਾ ਵਿਰਸਾ ਭੁੱਲ ਗਏ, ਅਸੀਂ ਇੰਨੀ ਛੇਤੀ ਸਾਹਿਬਜ਼ਾਦਿਆਂ ਦੇ ਡੁੱਲੇ ਹੋਏ ਖੂਨ ਨੂੰ ਭੁੱਲ ਗਏ, ਅਸੀਂ ਸਰਹੰਦ ਦੀਆਂ ਦੀਵਾਰਾਂ, ਚਮਕੌਰ ਦੀ ਕੱਚੀ ਗੜੀ ਭੁੱਲ ਗਏ, ਅਸੀਂ ਗੁਰੂ ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ ਭੁੱਲ ਗਏ। ਕਿਸ ਵਾਸਤੇ ਸੀ?
कि महाराज ने इसलिए कुर्बानियां कीतियां कि तुसी 5-7 दिन भी अपने आप नूं रोक ना सको। हालांकि सतगुरु नहीं कहिंदे कि तू खुशी ना कर, तू विआह ना कर, पर साडा भी एक फर्ज बनता सिखो सिख होने के नाते कि सिखी इन्नी कमजोर ते कच्ची है जो गुरु जी की दित्ती हुई शहादत नूं इन्नी छेती भुल जाए। रब दा वास्ता जे पुराने समयां विच तुसी वेख्या होना बहुते लोग सिख परिवार पोह दे महीने च विआह नहीं सी करिया करदे, पोह आ जाना तो कहना जी हुण विआह नहीं होएगा। कई बारी पहलां ये लगना भी शायद कोई कर्मकांड है, पोह दे महीने नूं किसी कर्मकांड नाल जुड़िया, पर नहीं, उहदा भाव इह सी भी इन्हां दिनां च गुरु के लालां दा खून डुल्लिया, इन्हां दिनां विच साहिबजादे चमकौर दी गड़ी विच लड़ के शहीद होए, इन्हां दिनां विच जगत मात माता गुजरी उन्हें अपने प्राण साडे तों निशावर किए, उन्हें अपना बुढ़ापा साडियां बजुर्ग मावां तों कुरबान किया, इत्थे साडा बचपन कुरबान होया। ये दिन साहिबजादियां नूं याद करन दे हन, उन्हां दे प्यार विच भिज के बैठण दे हन, उन्हां दी शहीदी उन्हां दी कुरबानी तों प्रेरणा लैण दे हन। भंगड़ा पाउण, नाच करन, विआह करन, खुशियां मनाउण लई तां सारा साल ही बाकी है। रब दा वास्ता किते असीं हर बिसरत सदा खुआरी वाले पासे ना तुर पईए, परमेश्वर ते भुल्लियां व्यापन सभे रोग की हालत ना साडी बन जाए। इन्हां दिनां विच घट्टो घट संकोच करो, विआह शादियां ना रख्या करो, क्योंकि जो विआह रखोगे, खुशी दे कारज रखोगे, मजबूरी बस फिर बहुत कुछ इहदे नाल होर भंगड़े नाच गाने बहुत कुछ जुड़ जांदा है, उह नाच आ के भी करना पैणा। मैं इत्थों तक भी वेख्या गुरु तेग बहादुर जी की शहीदी वाले दिन जो असी यह शहीदी 24 नवंबर नूं मनाउंदे सां, 24 नवंबर वाले दिन भी विआह हुंदे वेखे सिख परिवारां विच, भंगड़े पैंदे वेखे, वाजे वज रहे ने, ढोल तमक्के वज रहे ने, ते उही उह दिन है जिस दिन गुरु घरां विच शरदा वालियां रूहां भिज के अरदास करदियां, हे दाता अज तों पूरे हिंदुस्तान के हिंदू धर्म के तिलक जनेऊ की रक्षा करन हित दिल्ली के चांदनी चौंक विच 3 सिखां समेत शहीदी दित्ती, तुहाडा लहू डुल्लिया, तुहाडा शीश धड़ तों अलहदा हो गया, तुसीं साडे लई कुरबानियां कीतियां, अपनियां आंदरां दा जनेऊ वट के हिंदुस्तानियां दे गल विच पाया, असीं अज अथरुआं दी भेटा लैके तेरे दर ते आए, दाता किरपा करी, सानू बख्श लई, माफ़ करी साडे गुनाह, बख्श लई, पर किते लोड़ पए, समा पै जाए, भीड़ पै जाए, असीं भी तेरे तों प्रेरणा लैंदे हुए अपनी जिंद जान तेरे तों कुरबान कर सकीए। सवेरे तो ही अरदास होवे ते रात वेले की चल रहा है, रात वेले की चल रहा जे गाउण वाली लगी है, शराबां दे दौर, नशे दे दौर पैग खड़क रहे ने, भंगड़े पै रहे ने, नाच गाने वज रहे ने, वाजे वज रहे ने, लाइटां ला के जलूस कढ़े जा रहे ने। असल विच मैनू लगता भी ये असी अपना आप जलूस कढ़दे हाँ, खिमा करियो। जदों भी कोई बंदा अपने मूल नूं, अपने धर्म नूं, अपने गुरु नूं, अपनी कुरबानी नूं, अपने इतिहास नूं, विरसे नूं भुलदा है, यकीनन खुआरी उहदे पल्ले पैंदी ही पैंदी है। बहुत वड्डी कुरबानी है ये तमाशा, फिर केवल असी नहीं दूजिया ने भी वेखना है भी अज देखो अज का सिख जे आप ही साहिबजादियां दे दिनां च भंगड़े पा रहा, विआह कर रहा, फिर दूजे ने की लोड़ है इन्हां दिनां विच आ के तुहाडे तों प्रेरणा ले, दूजे नूं की लोड़ है तुहानूं पुछे भी भाई दसो धर्म की हुंदा, सिक्खी की हुंदी, इतिहास की हुंदा। रब दा वास्ता जे कर्म ना करो इन्हां दिनां दे विच, केवल तो केवल जिन्ना हो सके वध तो वध बाणी का पाठ करिए, बच्चों उस इतिहास नाल जोड़ो, जिन्हां नूं नहीं पता उन्हां नूं सरहंद की धरती का विरसा जाणू कराओ, उन्हां नूं साहिबजादियां का जीवन पढ़ाओ, उन्हां नूं मां गुजरी जी का जीवन पढ़ाओ, उन्हां नूं दशमेश पिता की आनंदपुर साहब की धरती तो आनंदपुरी की नगरी नूं छड्डण तो लैके उस तो बाद चमकौर साहब, फतेहगढ़ साहब, अगे फिर माछीवाड़ा, तो ये तो बाद दमदमा साहिब तक का इतिहास सुनाओ। ये दिन सानू विरसे नाल जुड़न लई मिले ने, और इन्हां दिनां विच जुड़न का आनंद बड़ा वखरा है। आ सुनिया होना तुसीं कि इन्हां दिनां विच ना जिहड़े भावना वाले सिख सन, जिन्हां दे अंदर सिखी सी, जो अंदरों सिखी करके पक्के सन, कुछ साल पहलां तक गुरु की वरसाई हुई सिखी नूं कमाउण वाले सिख इन्हां दिनां विच मंजियां ते बैड्डां ते गद्दियां ते नहीं सी सोया करदे, वह पुंजे सोया करदे सन, वह शाही खाने नहीं सी खाया करदे, वह बिल्कुल सादा दाल फुलका, ते कई ते ऐसे भी सन जिहड़े केवल 2 दिन खाली चाह पानी दुध ते गुजारा करदे सन। क्यों कहिंदे साडे लाल दशमेश पिता दे साहिबजादे, साडे बाबे, साडी मां इन्हां दिनां विच भुखे रहे ने,
ਉਹ ਨੀਚੇ ਉਹਨਾਂ ਨੂੰ ਕਿਸੇ ਨੇ ਮਖਮਲੀ ਗੱਦੇ ਨਹੀਂ ਦਿੱਤੇ, ਉਹ ਫਰਸ਼ 'ਤੇ ਸੌਂਦੇ ਰਹੇ ਨੇ। ਕਹਿੰਦੇ ਅਸੀਂ ਵੀ ਤਾਂ ਵੇਖੇ ਸਹੀ ਉਸ ਦਰਦ ਦਾ ਅਹਿਸਾਸ ਕੀ ਹੁੰਦਾ। ਸਾਰਾ ਕੁਝ ਸਾਡੇ, ਹਾਲਾਂਕਿ ਇਸ ਨੂੰ ਕਰਮਕਾਂਡ ਨਾਲ ਨਹੀਂ ਜੋੜਨਾ, ਕੇਵਲ ਅਤੇ ਕੇਵਲ ਉਹਨਾਂ ਦੀ ਭਾਵਨਾ ਨੂੰ ਸਮਝੋ। ਉਹ ਵੀ ਇੱਕ ਸਿੱਖੀ ਹੈ ਜੋ ਆਪਣੇ ਗੁਰੂ ਦੇ ਵਿਰਸੇ ਨੂੰ ਆਪਣੇ ਉੱਪਰ ਹੰਢਾ ਕੇ ਵੇਖ ਰਹੀ ਹੈ, ਅਤੇ ਕੋ ਵੀ ਸਿੱਖੀ ਜਿਹੜੀ ਇਹਨਾਂ ਦਿਨਾਂ ਵਿੱਚ ਵੀ ਐਸ਼ਪ੍ਰਸਤੀ ਵਿੱਚ ਤੁਰੀ ਫਿਰਦੀ ਹੈ। ਪਿਆਰਿਓ, ਇਹ ਵਿਚਾਰ ਨੂੰ ਬਹੁਤ ਧਿਆਨ ਨਾਲ ਆਪ ਜੀ ਨੇ ਸਮਝਣ ਦੀ ਕੋਸ਼ਿਸ਼ ਕਰਨੀ। ਇਹ ਮੇਰਾ ਨਹੀਂ, ਇਹ ਆਪਾਂ ਗੁਰੂ ਕਾ ਬਚਨ ਮੰਨੀਏ, ਇਸ ਨੂੰ ਗੁਰੂ ਕਾ ਹੋਕਾ ਮੰਨੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਮਤ ਦੇ, ਸਾਨੂੰ ਸਮਤ ਦੇ, ਅਸੀਂ ਇਹਨਾਂ ਦਿਨਾਂ ਵਿੱਚ ਤੇਰੇ ਤੋਂ ਪ੍ਰੇਰਣਾ ਲੈਂਦੇ ਹੋਏ ਤੇਰੇ ਤੱਕ ਪਹੁੰਚ ਸਕੀਏ, ਉਸ ਧਰਤੀ ਨੂੰ ਨਤਮਸਤਕ ਹੋਈਏ, ਉਸ ਡੁੱਲੇ ਹੋਏ ਖੂਨ ਨੂੰ ਯਾਦ ਕਰੀਏ, ਉਹਨਾਂ ਤੋਂ ਪ੍ਰੇਰਣਾ ਲੈਣ ਹਿੱਤ ਅਸੀਂ ਤੇਰੇ ਚਰਨਾਂ ਨਾਲ ਜੁੜੀਏ। ਇਹਨਾਂ 5, 7, 10 ਦਿਨਾਂ ਦੇ ਵਿੱਚ ਜੇ ਵਿਆਹ ਸ਼ਾਦੀ ਨਹੀਂ ਕਰਾਂਗੇ, ਕੋਈ ਤੂਫਾਨ ਨਹੀਂ ਜੀ ਆਉਣ ਵਾਲਾ, ਦਾਤਾ ਮਿਹਰ ਕਰੇ ਅਗਲਾ ਸਾਲ ਨਵਾਂ ਚੜ੍ਹ ਜਾਂਦਾ ਜੀ 5-7 ਦਿਨਾਂ ਬਾਅਦ, ਉਸ ਚੜ੍ਹੇ ਹੋਏ ਨਵੇਂ ਸਾਲ ਦੇ ਵਿੱਚ ਕੋਸ਼ਿਸ਼ ਕਰੋ ਜੇ ਪੋਹ ਮਹੀਨਾ ਰੁਕ ਜਾਓ ਤਾਂ ਬਹੁਤ ਵਧੀਆ, ਨਹੀਂ ਤਾਂ ਫਿਰ ਚੜ੍ਹਵੇਂ ਸਾਲ ਦੇ ਵਿੱਚ ਜਿੰਨੀਆਂ ਮਰਜ਼ੀ ਖੁਸ਼ੀਆਂ ਮਨਾਓ, ਤੁਹਾਨੂੰ ਰੁਕਣ ਕੋਈ ਨਹੀਂ ਲੱਗਾ। ਪਰ ਇਹਨਾਂ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਨਤਮਸਤਕ ਹੋਵੋ, ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਪਹੁੰਚੋ, ਬੱਚਿਆਂ ਅਤੇ ਪਰਿਵਾਰਾਂ ਸਮੇਤ ਪਹੁੰਚੋ, ਉਹਨਾਂ ਨੂੰ ਆਪਣੇ ਵਿਰਸੇ ਤੋਂ, ਆਪਣੇ ਬਾਬਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ, ਉਹ ਵੀ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕਣ। ਅੱਜ ਦੀ ਵੀਡੀਓ ਗਿਆਨੀ ਜਸਵੀਰ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਤਿੱਖੀਆਂ ਸੀ, ਚੁੱਭਦੀਆਂ ਸੀ, ਪਰ ਗੱਲਾਂ ਉਹਨਾਂ ਦੀਆਂ ਬਿਲਕੁਲ ਹਕੀਕਤ ਹੈ। ਜਿੱਥੇ ਤੱਕ ਮੈਂ ਆਪਣੀ ਮੁਸਲਮਾਨੀਆਂ ਦੀ ਨਜ਼ਰ ਵਿੱਚ ਜੋ ਮੈਂ ਸਮਝਣਾ ਨਾ, ਮੈਂ ਇਹ ਸਮਝਣਾ ਵੈ ਕਿ ਇਹ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਦਿਨ, ਜਿਹੜਾ ਤਿਉਹਾਰ ਹੈ, ਇਹ ਕੋਈ 8-10 ਦਿਨ ਦਾ ਨਹੀਂ ਹੈ, ਇਹਨੂੰ ਪੂਰਾ ਸਾਲ ਮਨਾਉਣਾ ਚਾਹੀਦਾ ਵੈ। ਵੀ ਦੇਖੋ ਮੇਰੀ ਗੱਲ ਸੁਣੋ, ਮੈਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਮੰਨਣਾ, ਮੈਂ ਬਾਬਾ ਫਰੀਦ ਜੀ ਨੂੰ ਮੰਨਣਾ, ਮੰਨਣ ਦਾ ਮਤਲਬ ਇਹ ਹੁੰਦਾ ਵੈ ਕਿ ਜੋ ਬਾਬਾ ਫਰੀਦ ਜੀ ਨੇ ਕਿਹਾ ਉਹਦੀਆਂ ਗੱਲਾਂ ਦੇ ਉੱਤੇ ਅਮਲ ਕਰੋ, ਇਹ ਹੁੰਦਾ ਮੰਨਣਾ। ਸਿਰਫ 1-10 ਦਿਨ ਦੇ ਵਿੱਚ ਉਹਨਾਂ ਨੂੰ ਯਾਦ ਕਰ ਲਿਆ, ਸਿਰਫ ਉਹਨਾਂ ਨੂੰ, ਇਹ ਠੀਕ ਹੈ, ਇਹ ਇੱਕ ਮੰਨਣਾ, ਇੱਕ ਲਹਿਦਾ ਵੈ, ਤਾਂ ਕਿ ਦਿਲਾਂ ਦੇ ਵਿੱਚ ਉਹ ਚੀਜ਼, ਉਹ ਅਹਿਸਾਸ ਮਤਲਬ ਕਿ ਬਾਹਰ ਆਵੇ। ਲੇਕਿਨ ਅਸਲ ਅਸੂਲੀ ਤੌਰ ਦੇ ਉੱਤੇ, ਹਕੀਕਤ ਤੌਰ ਦੇ ਉੱਤੇ ਮੰਨਣਾ ਉਹਨੂੰ ਕਹਿੰਦੇ ਹੈ ਕਿ ਜੇ ਮੈਂ ਬਾਬਾ ਗੁਰੂ ਨਾਨਕ ਦੇਵ ਜੀ, ਜੇ ਮੈਂ ਬਾਬਾ ਫਰੀਦ ਜੀ ਦੀਆਂ ਗੱਲਾਂ ਦੇ ਉੱਤੇ ਅਮਲ ਕਰਾਂ, ਇਹਨੂੰ ਕਹਿੰਦੇ ਆ ਮੰਨਣਾ। ਜੇ ਮੈਂ ਉਹਨਾਂ ਦੇ ਉਲਟ ਚੱਲਾਂ, ਜੋ ਬਾਬਾ ਫਰੀਦ ਜੀ ਨੇ ਕਿਹਾ ਮੈਂ ਉਹਨਾਂ ਦੇ ਉਲਟ ਚੱਲਾਂ, ਜੋ ਬਾਬਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਉਹਨਾਂ ਦੇ ਉਲਟ ਚੱਲਾਂ, ਇਹ ਮੰਨਣਾ ਮੁੰਨਣਾ ਕੋਈ ਨਹੀਂ ਹੈ। ਇਸ ਵਾਸਤੇ 10 ਦਿਨ 15 ਦਿਨ ਇੱਥੇ ਤੱਕ ਇਹਨਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਸਾਰੀ ਜ਼ਿੰਦਗੀ ਹੀ ਯਾਦ ਕਰਨਾ ਚਾਹੀਦਾ, ਪੂਰਾ ਪੂਰਾ ਸਾਲ ਯਾਦ ਕਰਨਾ ਚਾਹੀਦਾ। ਕਿਉਂਕਿ ਇਹਨਾਂ ਨੇ ਇਹਨਾਂ ਦਾ ਇੱਕ ਪੈਗਾਮ ਹੈ, ਇਹਨਾਂ ਦਾ ਇੱਕ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਮੈਸੇਜ ਹੈ ਦੁਨੀਆ ਵਾਸਤੇ ਕਿ ਤੁਹਾਡੀ ਜਾਨ ਜਾਂਦੀ ਹੈ ਜਾਵੇ, ਤੁਹਾਡਾ ਮਾਲ ਜਾਂਦਾ ਵਾ ਜਾਵੇ, ਤੁਹਾਡੀ ਔਲਾਦ ਜਾਂਦੀ ਹੈ ਜਾਵੇ, 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿ ਤੁਹਾਡਾ ਕਾਰੋਬਾਰ ਛੱਡਣਾ ਪੈਂਦਾ ਛੱਡੋ, ਲੇਕਿਨ ਹੱਕ ਦਾ ਸਾਥ ਦੇਣਾ ਵੈ, ਹੱਕ ਦੇ ਉੱਤੇ ਵੀ ਤੁਸੀਂ ਰਹਿਣਾ ਹੀ, ਹੱਕ ਦੇ ਉੱਤੇ, ਇਹੋ ਹੀ ਕਾਮਯਾਬੀ ਹੈ, ਜਿਹੜਾ ਬੰਦਾ ਹੱਕ 'ਤੇ ਰਹੇਗਾ ਉਹੀ ਕਾਮਯਾਬੀ ਹੈ। ਬਾਕੀ ਦੂਜੀ ਗੱਲ ਸ਼ਾਦੀ ਦੀ ਕਰਨ ਦੇ ਸੀ, ਸ਼ਾਦੀਆਂ ਦੇ ਉੱਤੇ ਸ਼ਰਾਬ, ਨਸ਼ਾ, ਮਤਲਬ ਕਿ ਨਾਚ ਗਾਣਾ, ਢੋਲ ਢਮੱਕ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਸਾਡੇ ਇਸਲਾਮ ਦੇ ਵਿੱਚ ਬਿਲਕੁਲ ਹਰਾਮ ਹੈ ਇਹ ਚੀਜ਼ਾਂ। ਇੱਕ ਸਿੱਖ ਕੋਲੋਂ ਮੈਂ ਪੁੱਛਿਆ ਕਿ ਸਿੱਖਾਂ ਦੇ ਵਿੱਚ ਸ਼ਾਦੀ ਅਸੂਲੀ ਤੌਰ ਦੇ ਉੱਤੇ ਜਿੱਦਾਂ ਗੁਰੂ ਸਾਹਿਬ ਨੇ ਸ਼ਾਦੀ ਕਰਨ ਦਾ ਹੁਕਮ ਦਿੱਤਾ ਵਾ, ਉਹ ਕੀ ਹੈ? ਸਿੱਖ ਨੇ ਮੈਨੂੰ ਕਿਹਾ ਵੈ ਕਿ ਸ਼ਾਦੀ ਕਰਨ ਦਾ ਇੱਕੋ ਹੀ ਹੁਕਮ ਹੈ ਕਿ ਤੁਸੀਂ ਸ਼ਾਦੀ ਕਰੋ ਅਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਓ। ਮੈਂ ਕਿਹਾ ਇਸ ਤੋਂ ਇਲਾਵਾ, ਉਹਨੇ ਕਿਹਾ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ, ਸਿਰਫ ਬਾਕੀ ਜਿਹੜਾ ਹੁੰਦਾ ਵੈ ਲਾਵਾਂ ਕੱਢਣੀਆਂ ਜਾਂ ਫੇਰੇ ਮਾਰਨੇ, ਸਿਰਫ ਉਹ ਹੈ। ਪੈਸੇ ਵਾਲਾ ਜਿਹੜਾ ਕੰਮ ਹੈ, ਖਰਚੇ ਵਾਲਾ ਜਿਹੜਾ ਕੰਮ ਹੈ, ਉਹ ਹੈ ਕੜਾ ਪ੍ਰਸ਼ਾਦ ਦੀ ਦੇਗ ਬਣਾਉਣਾ। ਮੈਂ ਬੜਾ ਹੈਰਾਨ ਹੋਇਆ, ਮੈਂ ਮੁਸਲਮਾਨ ਹੋ ਕੇ ਬੜਾ ਜ਼ਿਆਦਾ ਹੈਰਾਨ ਹੋਇਆ ਕਿ ਯਾਰ ਏਡੀ ਸਸਤੀ, ਏਡੀ ਸਾਦਗੀ ਦੇ ਨਾਲ ਸ਼ਾਦੀ ਹੈ, ਮਤਲਬ ਕਿ ਅਮੀਰ ਵੀ ਕਰੇ, ਗਰੀਬ ਵੀ ਕਰੇ। ਯਾਰ ਮੈਂ ਕਹਿੰਦਾ ਕਿ ਅੱਜ ਸ਼ਾਦੀ ਕਰੋ ਕੜਾ ਪ੍ਰਸਾਦ ਵਾਲੀ, ਜਿੱਦਾਂ ਗੁਰੂ ਸਾਹਿਬ ਨੇ ਕਿਹਾ ਵੈ, ਉਸ ਤਰ੍ਹਾਂ ਹੀ ਅੱਜ ਆਪਾਂ ਸ਼ਾਦੀ ਕਰੀਏ ਅਤੇ ਕਿੰਨੇ ਕੁ ਪੈਸੇ ਲੱਗ ਜਾਣਗੇ? ਬੜੀ ਹੱਦ 4-5 ਹਜ਼ਾਰ ਲੱਗ ਜਾਏਗਾ, 6 ਲੱਗ ਜਾਏਗਾ, 10 ਹਜ਼ਾਰ ਲੱਗ ਜਾਏਗਾ। ਲੇਕਿਨ ਅਸੀਂ ਮਤਲਬ ਕਿ ਅੱਜ ਢੋਲ ਢਮੱਕ, ਜਿੰਨੇ ਫਜ਼ੂਲ ਖਰਚੀਆਂ, ਬਰਾਤ ਲੈ ਕੇ ਜਾਂਦੇ ਹਾਂ, ਫਿਰ ਮਤਲਬ ਕਿ ਤੇਲ ਮੰਦੇ, ਮਤਲਬ ਕਿ ਜਿੰਨੇ ਫਜ਼ੂਲ ਕੰਮ ਹੈ ਸਾਰੇ ਦੇ, ਇਹਨੂੰ ਮੰਨਣਾ ਨਹੀਂ ਕਹਿੰਦੇ। ਮੰਨਣਾ ਇਹੀ ਹੈ ਕਿ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਉਸ ਤਰੀਕੇ ਦੇ ਨਾਲ ਸ਼ਾਦੀ ਕਰੋ, ਪੂਰਾ ਪੂਰਾ ਸਾਲ ਕਰੋ। ਅਤੇ ਇਸ ਤੋਂ ਅੱਛੀ, ਇਸ ਤੋਂ ਆਸਾਨ ਸ਼ਾਦੀ ਕਿਤੇ ਪਾਸੇ ਹੋ ਹੀ ਨਹੀਂ ਸਕਦੀ। ਮੁਸ਼ਕਲ ਬਣਾਇਆ ਅਤੇ ਅਸੀਂ ਇਹਨਾਂ ਨੂੰ ਆਪ ਹੀ ਬਣਾਇਆ ਵੈ।
ਇਹਦੇ ਉੱਤੇ ਸਾਨੂੰ ਅਮਲ ਕਰਨਾ ਪਏਗਾ। ਬਾਕੀ ਮੇਰੀ ਇੱਕ ਆਪਣੀ ਰਾਏ ਸੀ, ਮੇਰਾ ਇੱਕ ਆਪਣਾ ਖਿਆਲ ਸੀ, ਤੁਹਾਡਾ ਹੀ ਖਿਆਲ ਹੈ, ਤੁਹਾਡੀ ਕੀ ਰਾਏ ਹੈ ਤੁਸੀਂ ਸਾਨੂੰ ਕਮੈਂਟ ਬੋਕਸ ਵਿੱਚ ਲਾਜ਼ਮੀ ਦੱਸੋ। ਇਹ ਸੀ ਅੱਜ ਦੀ ਵੀਡੀਓ, ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਾਸਤੇ। ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।